ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰੀ ਫਿਰ ਹਾਜ਼ਰ ਹਾਂ, ਸਾਡੇ ਨਾਲ ਮੌਜੂਦ ਨੇ ਮੈਡਮ ਵੀਨਾ ਗੋਇਲ, ਜਿਹੜੇ ਕਿ ਨੈਵੀਗੇਟਰਸ ਓਵਰਸੀਜ਼ ਸੋਲਿਊਸ਼ਨਸ ਪ੍ਰਾਈਵੇਟ ਲਿਮਿਟਡ ਨੂੰ ਰਿਪ੍ਰੈਜੈਂਟ ਕਰਦੇ ਨੇ। ਸਕਰੀਨ 'ਤੇ ਐਡਰੈਸ ਚੰਡੀਗੜ੍ਹ ਦਾ ਬਕਾਇਦਾ ਮੈਂਸ਼ਨ ਹੈ, ਸਕਰੀਨ 'ਤੇ ਟੈਲੀਫੋਨ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਗੱਲ ਕਰਨੀ ਹੈ। ਅੱਜ ਵਿਸ਼ਾ ਬੜਾ ਮਹੱਤਵਪੂਰਨ ਹੈ। ਵਿਸ਼ਾ ਇਹ ਹੈ ਕਿ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਸਕੀਮ ਹੈ, ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਨੇ ਜਿਹਨੂੰ ਮਨਜ਼ੂਰੀ ਦਿੱਤੀ ਹੈ, ਭਾਰਤ ਸਰਕਾਰ ਵੱਲੋਂ ਵੀ ਮਨਜ਼ੂਰੀ ਹੈ ਕਿ ਹੁਣ ਆਸਟ੍ਰੇਲੀਆ ਪੜ੍ਹਨ ਜਾਣ ਵਾਲੇ ਵਿਦਿਆਰਥੀ ਜਿਹੜੇ 23 ਪਾਸ ਆਊਟ ਹੈ, ਉਹ ਇੰਡੀਆ ਦੇ ਵਿੱਚ ਐਡਮਿਸ਼ਨ ਲੈ ਕੇ, ਆਸਟ੍ਰੇਲੀਆ ਦੀ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਕੇ ਇੰਡੀਆ 'ਚ ਪੜ੍ਹ ਸਕਦੇ ਨੇ 6 ਮਹੀਨੇ, 1 ਸਮੈਸਟਰ ਜਾਂ 2 ਸਮੈਸਟਰ, ਔਰ ਇਸ ਦਰਮਿਆਨ ਹੀ ਉਹਨਾਂ ਦਾ ਸਾਰਾ ਪ੍ਰੋਸੈਸ ਪੂਰਾ ਹੋਏਗਾ ਅਤੇ ਉਹ ਵਿਦਿਆਰਥੀ ਸਿੱਧੇ ਫਿਰ ਅਗਲੇ ਸਮੈਸਟਰਸ ਦੇ ਲਈ ਆਸਟ੍ਰੇਲੀਆ ਜਾ ਕੇ ਉਸੇ ਯੂਨੀਵਰਸਿਟੀ ਦੇ ਵਿੱਚ ਪੜ੍ਹ ਸਕਣਗੇ। 11 ਮਾਰਚ ਇਸ ਸਕੀਮ ਦੀ ਡੈਡਲਾਈਨ ਹੈ, ਔਰ ਇਸ ਸਕੀਮ ਦੀ ਖਾਸੀਅਤ ਇਹ ਦੱਸਦੇ ਨੇ ਵੀਨਾ ਮੈਮ ਕਿ ਅਗਰ ਪੜ੍ਹਾਈ ਦੇ ਦਰਮਿਆਨ ਵਿਦਿਆਰਥੀ ਦਾ ਰਿਫਿਊਜ਼ਲ ਆ ਜਾਵੇ ਤਾਂ ਉਹ ਗੈਪ ਨਹੀਂ ਮੰਨਿਆ ਜਾਂਦਾ, ਔਰ ਸਾਰੇ ਪੈਸੇ ਵਿਦਿਆਰਥੀ ਦੇ ਵਾਪਸ ਮਿਲਦੇ ਨੇ। ਔਰ ਇਸ ਸਕੀਮ ਦੇ ਵਿੱਚ ਸਕਸੈਸ ਰੇਟ ਬਹੁਤ ਜ਼ਿਆਦਾ ਹੈ, ਕਿਉਂਕਿ ਕੈਨੇਡੀਅਨ ਹਾਈ ਕਮਿਸ਼ਨ ਵੀ ਇਹ ਮਹਿਸੂਸ ਕਰਦੀ ਹੈ ਕਿ ਇੱਕ ਵਿਦਿਆਰਥੀ ਕਈ ਮਹੀਨਿਆਂ ਤੋਂ ਲਗਾਤਾਰ ਪੜ੍ਹ ਰਿਹਾ, ਸੋ GT ਕਲੀਅਰ ਹੋਣ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਮਦਦ ਮਿਲਦੀ ਹੈ। ਬਹੁਤ ਚੰਗਾ ਇਸ ਸਕੀਮ ਦਾ ਹੁੰਗਾਰਾ ਮਿਲ ਰਿਹਾ, 11 ਮਾਰਚ ਡੈਡਲਾਈਨ ਹੈ। ਸੋ ਵੀਨਾ ਮੈਮ, ਮੈਂ ਚਾਹੂੰਗਾ ਇੱਕ ਵਾਰੀ ਫਿਰ ਜੁਲਾਈ ਇਨਟੇਕ ਦੇ ਮੱਦੇਨਜ਼ਰ ਵੀ ਇਸ ਪੂਰੇ ਨਵੇਂ ਪ੍ਰੋਗਰਾਮ ਨੂੰ ਤੁਸੀਂ ਐਕਸਪਲੇਨ ਕਰੋ, A to Z ਐਕਸਪਲੇਨੇਸ਼ਨ ਦਿਓ, ਤਾਂ ਕਿ ਸਟੂਡੈਂਟਸ ਚੰਗੀ ਤਰ੍ਹਾਂ ਇਹ ਪੂਰਾ ਮਾਮਲਾ ਸਮਝ ਸਕਣ। ਦੇਖੋ ਹਰਜੋਤ, ਹਰ ਸਟੂਡੈਂਟ ਇਸ ਟਾਈਮ ਆਸਟ੍ਰੇਲੀਆ ਜਾਣ ਦਾ ਚਾਹਵਾਨ ਜੀ। ਪਹਿਲੇ ਨੰਬਰ 1 ਕੰਟਰੀ ਆਉਂਦੀ ਸੀ ਕੈਨੇਡਾ, ਟੋਪ ਆਫ ਦਾ ਵਰਲਡ, ਜਿਹੜੀ ਪੰਜਾਬ ਵਾਸਤੇ, ਕਿਉਂਕਿ ਵੈਸੇ ਤਾਂ ਜੇ ਦੇਖਿਆ ਜਾਏ ਓਵਰਆਲ USA ਰਹਿੰਦੀ ਹੈ, ਬਟ ਪੰਜਾਬ ਵਾਸਤੇ ਕੈਨੇਡਾ ਰਹਿੰਦੀ ਸੀ, ਬਟ ਇਸ ਟਾਈਮ ਓਵਰਆਲ ਹੀ ਆਸਟ੍ਰੇਲੀਆ ਟੋਪ ਆਫ ਚੋਇਸ ਹੋ ਰਹੀ ਹੈ ਨੌਰਥ ਵਾਸਤੇ। ਪ੍ਰੋਬਲਮ ਇਹ ਹੈ ਕਿ ਜਦ ਜੋ ਇਹਨਾਂ ਨੇ ਵੀਜ਼ਾ ਦੇਣਾ, ਉਸ ਤੋਂ ਬਹੁਤ ਜ਼ਿਆਦਾ ਬੱਚੇ ਅਪਲਾਈ ਕਰ ਰਹੇ ਹੈ, ਅਤੇ ਇਹਨਾਂ ਦਾ ਆਪਦਾ ਕੋਈ ਕੰਟਰੋਲ ਨਹੀਂ ਰਹਿ ਰਿਹਾ ਸੀਗਾ, ਇਸ ਕਾਰਨ ਇਹਨਾਂ ਨੇ ਥੋੜ੍ਹਾ ਜਿਹਾ ਉਹਨੂੰ ਕਾਫੀ ਸਟ੍ਰੀਮਲਾਈਨ ਕੀਤਾ, ਵੀਜ਼ੇ ਵੀ ਕੱਟ ਕੀਤੇ ਆ। ਹੁਣ ਜੇ 35% ਵੀਜ਼ਾ ਰਿਡਿਊਸ ਕੀਤਾ, ਹੁਣ ਜਿਹੜੇ ਬੱਚੇ ਹੈ 23 ਪਾਸ ਆਊਟ ਹੈ, ਉਹਨਾਂ ਦੀ ਜਾਂ GT ਕਲੀਅਰ ਨਹੀਂ ਹੋ ਰਹੀ ਜਾਂ ਫੰਡਸ ਨਹੀਂ ਹਜੇ ਮੈਨੇਜ ਕਰ ਸਕੇ ਸੀ, ਆਇਲਸ ਨਹੀਂ ਕਰ ਸਕੇ ਸੀ, ਕੋਈ ਨਾ ਕੋਈ ਵਜ੍ਹਾ ਨਾਲ ਉਹਨਾਂ ਦੀ ਰੁਕਾਵਟ ਬਣੀ ਹੈ, ਅਤੇ ਉਹਨਾਂ ਦੇ ਵਾਸਤੇ ਜਾਣ ਦਾ ਹੋਰ ਕੋਈ ਤਰੀਕਾ ਨਹੀਂ, ਖਾਲੀ ਇੱਕੋ ਹੀ ਤਰੀਕਾ ਜਿਹੜਾ ਕਿ ਪਾਥਵੇ ਪ੍ਰੋਗਰਾਮ ਅਸੀਂ ਜਾਂ ਤਾਂ ਅਬਰੋਡ ਤੋਂ ਲੈ ਸਕਦੇ ਹਾਂ 1 ਈਅਰ ਪੜ੍ਹ ਕੇ, ਜਾਂ ਇੰਡੀਆ ਦੇ ਵਿੱਚ ਜਿਹੜਾ 11 ਮਾਰਚ ਨੂੰ ਹੁਣ ਸ਼ੁਰੂ ਹੋ ਰਿਹਾ, 11 ਮਾਰਚ 2024, ਟਾਈਮ ਬਹੁਤ ਘੱਟ ਰਹਿ ਗਿਆ ਤੁਹਾਡੇ ਕੋਲ ਐਡਮਿਸ਼ਨ ਵਾਸਤੇ। ਉਹਦੇ ਵਿੱਚ ਜਿਹੜੀ ਹੈ ਤੁਸੀਂ ਆਰਟਸ ਤੋਂ ਕੀਤੀ ਹੈ, ਕੋਈ ਮਰਜ਼ੀ ਕੀਤੀ ਹੈ, ਕਿਉਂਕਿ ਯੂਨੀਵਰਸਿਟੀਆਂ ਆਰਟਸ ਵਾਲੇ ਬੱਚੇ ਵੀ ਨਹੀਂ ਲੈ ਰਹੀਆਂ ਔਰ ਵੀਜ਼ਾ ਵੀ ਘੱਟ ਆ ਰਿਹਾ, ਤਾਂ ਤੁਸੀਂ ਪਾਥਵੇ ਪ੍ਰੋਗਰਾਮ ਜੇ ਲੈ ਲੈਂਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਈਜ਼ੀ ਹੈ, ਕਿਉਂਕਿ ਆਸਟ੍ਰੇਲੀਅਨ ਯੂਨੀਵਰਸਿਟੀ ਦੀ ਜਿਹੜੀ 1 ਈਅਰ ਦੀ ਪੜ੍ਹਾਈ ਹੈ ਉਹ ਤੁਸੀਂ 6 to 8 months ਇੰਡੀਆ 'ਚ ਕੰਪਲੀਟ ਕਰ ਰਹੇ ਹੋ, ਅੱਧੀ ਫੀਸ 'ਚ ਕੰਪਲੀਟ ਕਰ ਰਹੇ ਹੋ, ਜਿਹੜੀ ਫੀਸ ਉੱਥੇ ਪੇ ਕਰੋਗੇ ਉਸ ਤੋਂ ਅੱਧੀ ਫੀਸ। ਸੈਕਿੰਡ ਫਾਇਦਾ ਕੀ ਹੈ, ਜਿਹੜੀ ਫੀਸ ਤੁਸੀਂ ਇੱਥੇ ਪੇ ਕਰ ਰਹੇ ਹੋ ਉਨੀ ਕੁ ਹੀ ਫੀਸ ਤੁਸੀਂ ਆਸਟ੍ਰੇਲੀਆ ਜਾ ਕੇ ਪੇ ਕਰ ਰਹੇ ਹੋ, ਇਹ ਨਹੀਂ ਕਿ ਉੱਥੇ ਪੂਰੀ ਫੀਸਾਂ ਪੇ ਕਰਨੀ ਹੈ, ਬਿਕੋਜ਼ ਯੂ ਆਰ ਐਕਸੈਪਟਿਡ ਫੋਰ ਦਾ ਸੇਮ ਪ੍ਰੋਗਰਾਮ, ਤੁਸੀਂ ਸੇਮ ਪ੍ਰੋਗਰਾਮ 'ਚ ਹੋ ਔਰ ਤੁਹਾਨੂੰ ਫੀਸ ਦੀ ਕਾਫੀ ਸਕੋਲਰਸ਼ਿਪ ਲੱਗ ਗਈ ਆ। ਠੀਕ ਹੈ, ਹੁਣ ਜਿਹੜਾ ਟਾਈਮ ਤੁਹਾਡੇ ਕੋਲ ਹੈ 6 ਮਹੀਨੇ, ਤੁਸੀਂ 2 ਸਮੈਸਟਰ ਕਰ ਰਹੇ ਹੋ 6 ਮਹੀਨੇ ਦੇ ਵਿੱਚ ਔਨਲਾਈਨ, ਉਹੀ ਟੀਚਰਸ ਜਿਹੜੇ ਉੱਥੇ ਦੀ ਯੂਨੀਵਰਸਿਟੀਆਂ ਦੇ ਹੈ, ਔਰ ਬਹੁਤ ਸਾਰੀ ਯੂਨੀਵਰਸਿਟੀਆਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਪਾਰਟੀਸਪੇਟਿੰਗ ਹੈ, ਉਹੀ ਪ੍ਰੋਫੈਸਰਸ ਉਹੀ ਟੀਚਰ ਤੁਹਾਨੂੰ ਪੜ੍ਹਾ ਰਹੇ ਹੈ, ਤੁਸੀਂ ਜਦ ਮਰਜ਼ੀ ਉਹਨਾਂ ਨੂੰ
ਮਤਲਬ ਆਨਲਾਈਨ ਲੈ ਸਕਦੇ ਹੋ ਔਰ ਉਹਨਾਂ ਤੋਂ ਗੱਲਬਾਤ ਕਰ ਸਕਦੇ ਹੋ ਕਿ ਜਿਹੜੀ ਜਿਹੜਾ ਸਿਸਟਮ 'ਚ ਤੁਸੀਂ ਉੱਥੇ ਪੜ੍ਹਨਾ ਸੀ ਉਹਦੇ ਤੁਸੀਂ ਇੱਥੇ ਫੈਮਿਲੀਅਰ ਹੋ ਗਏ ਜਦ ਤੱਕ ਤੁਸੀਂ ਪੜ੍ਹ ਰਹੇ ਹੋ ਕਿਉਂਕਿ ਇਹਨਾਂ ਦੀ ਜਿਹੜੀ ਪੜ੍ਹਾਈ ਹਫ਼ਤੇ 'ਚ 16 ਕੁ ਘੰਟੇ ਇੰਨੀ ਕੁ ਹੁੰਦੀ ਹੈ ਕੋਈ ਬੜਾ ਪ੍ਰੈਸ਼ਰ ਨਹੀਂ ਹੁੰਦਾ ਅਤੇ ਤੁਹਾਡੇ ਕੋਲ ਟਾਈਮ ਹੈ ਆਇਲਟਸ ਕਰਨ ਦਾ ਵੀ ਤੁਸੀਂ ਆਇਲਟਸ ਅੱਛੇ ਬੈਂਡ ਨਾਲ ਕਰ ਸਕਦੇ ਹੋ ਰੀਜ਼ਨ ਬਿੰਗ ਤੁਹਾਨੂੰ ਟਾਈਮ ਮਿਲ ਗਿਆ ਤੁਹਾਡਾ ਗੈਪ ਨਹੀਂ ਪੈ ਰਿਹਾ ਜਿਹੜਾ ਪਹਿਲੇ ਗੈਪ ਪੈਣਾ ਸੀਗਾ ਹੁਣ ਕੋਈ ਗੈਪ ਨਹੀਂ ਹੈ ਬਿਕੋਜ਼ ਯੂ ਆਲਰੇਡੀ ਟੁੱਕ ਦਾ ਐਡਮਿਸ਼ਨ ਇਨ ਦਾ ਆਸਟ੍ਰੇਲੀਅਨ ਯੂਨੀਵਰਸਿਟੀ ਅਤੇ ਤੁਸੀਂ ਉਹਨਾਂ ਦੇ 2 semester ਕਰ ਰਹੇ ਹੋ ਤੁਹਾਡਾ ਕੋਈ ਗੈਪ ਨਹੀਂ ਹੈ ਹੁਣ ਤੁਸੀਂ ਆਇਲਟਸ ਵੀ ਕਰ ਰਹੇ ਹੋ ਔਰ ਤੁਹਾਡੇ ਪੇਰੈਂਟਸ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਜਿਹੜਾ ਵੀ ਲੋਨ ਕਰਾਉਣਾ ਜਾਂ ਆਪ ਦਿਖਾਉਣੇ ਆ ਓਲਡ ਕਰਨੇ ਆ ਉਹ ਸਾਰਾ ਕਰ ਸਕਦੇ ਆ ਹੁਣ ਅੰਬੈਸੀ ਦੇ ਵਾਸਤੇ ਜਿਹੜਾ ਕਿਉਂਕਿ ਤੁਸੀਂ ਸੇਮ ਯੂਨੀਵਰਸਿਟੀ ਦੇ 2 semester ਇੱਥੇ ਕਰ ਲਏ ਹੈ ਤਾਂ ਵੀਜ਼ਾ ਤੁਹਾਡਾ 100% ਜਿਹੜਾ ਮਤਲਬ ਆਲਮੋਸਟ ਵੀਜ਼ਾ ਆ ਹੀ ਜਾਂਦਾ 1% ਆਪਾਂ ਮੰਨ ਕੇ ਚੱਲਦੇ ਹਾਂ ਨਹੀਂ ਆ ਰਿਹਾ ਤਾਂ ਤੁਹਾਡੀ ਫੀ ਰਿਫੰਡ 1 year ਜਿਹਨਾਂ ਨੇ ਮਤਲਬ 1 year ਦੀ ਪੜ੍ਹਾਈ 6 months 'ਚ ਕਰਾਈ ਤਾਂ ਤੁਸੀਂ ਇਹ ਸੋਚੋ ਉਹਨਾਂ ਦਾ ਕਿੰਨਾ ਲਾਸ ਹੈ ਜਦ ਤੁਹਾਨੂੰ ਫੀ ਰਿਫੰਡ ਕਰ ਰਹੇ ਹੈ ਦੈਟ ਮੀਨਸ ਕਿ ਤੁਹਾਡਾ ਵੀਜ਼ਾ ਲੱਗਣਾ ਤਾਂ ਹੀ ਉਹ ਤੁਹਾਨੂੰ ਫੀ ਰਿਫੰਡ ਦੀ ਤੁਹਾਡੀ ਸ਼ੋਰਟੀ ਵਾਸਤੇ ਗਾਰੰਟੀ ਦੇ ਰਿਹਾ ਕਿ ਤੁਹਾਡਾ ਤਾਂ ਵੀਜ਼ਾ ਲੱਗ ਜਾਣਾ ਵੀਜ਼ਾ ਲੱਗ ਗਿਆ ਤਾਂ ਨੈਚੁਰਲ ਹੈ ਕਿ ਤੁਹਾਡੀ 1 year ਦੀ ਫੀਸ ਤੁਹਾਡੀ ਯੂਜ਼ ਹੋ ਗਈ ਹੈ ਤੁਹਾਡੇ ਵਿੱਚ ਅਤੇ ਇਟਸ ਅ ਬਿਗ ਓਪਰਚੁਨਿਟੀ ਗੁੱਡ ਓਪਰਚੁਨਿਟੀ ਅੱਜ ਤੱਕ ਮੈਂ ਇੱਦਾਂ ਦਾ ਕੋਈ ਪਾਥਵੇ ਪ੍ਰੋਗਰਾਮ ਨਹੀਂ ਦੇਖਿਆ ਵੈਰੀ ਬਿਊਟੀਫੁਲ ਓਪਰਚੁਨਿਟੀ ਫੋਰ ਯੂ ਮੈਂ ਦੱਸਿਆ ਕਿ 11th March ਡੈਡਲਾਈਨ ਹੈ ਜਦ ਤੱਕ ਐਡਮਿਸ਼ਨ ਲੈ ਕੇ ਸਪੋਜ਼ ਬੱਚਾ ਕਿਹੜੀ ਸਟਰੀਮ ਦਾ ਆ ਰਿਹਾ ਸਾਡੇ ਕੋਲ ਉਸ ਸਟਰੀਮ ਦੇ ਹਿਸਾਬ ਨਾਲ ਉਸ ਯੂਨੀਵਰਸਿਟੀ ਨਾਲ ਮੈਚ ਕਰਨਾ ਪੈਂਦਾ ਹੈ ਉਹਨਾਂ ਦੀ ਫਿਰ ਐਡਮਿਸ਼ਨ ਹੁੰਦੀ 11th March ਤੋਂ ਕਲਾਸਿਸ ਸ਼ੁਰੂ ਹੋਣੀ ਹੈ ਉਸ ਤੋਂ ਪਹਿਲੇ ਐਡਮਿਸ਼ਨ ਹੋਣਾ ਐਡਮਿਸ਼ਨ ਆਲਸੋ ਟੇਕ ਸਮ ਟਾਈਮ ਔਰ ਐਡਮਿਸ਼ਨ ਹੋਣ ਦੇ ਬਾਅਦ ਤੁਹਾਡੇ ਫਿਰ ਕਲਾਸਿਸ ਦਾ ਟਾਈਮ ਸ਼ਡਿਊਲ ਆਉਂਦਾ ਉਸ ਟਾਈਮ ਸ਼ਡਿਊਲ 'ਚ ਤੁਸੀਂ ਕਲਾਸਿਸ ਸਟਾਰਟ ਕਰਨੀ ਆ ਫਿਰ ਤੁਹਾਡੇ ਪੇਰੈਂਟਸ ਦੀ ਕਾਊਂਸਲਿੰਗ ਹੁੰਦੀ ਹੈ GT ਦੇ ਪੇਪਰਸ ਦੇ ਵਾਸਤੇ ਕਿ ਜਦ ਤੱਕ ਤੁਹਾਡੀ ਪੜ੍ਹਾਈ ਚੱਲ ਰਹੀ ਹੈ ਤੁਸੀਂ ਆਪਣੇ GT ਦੇ ਡਾਕੂਮੈਂਟਸ ਤਿਆਰ ਕਰ ਸਕੋ ਜਿਹਦੇ ਵਿੱਚ ਵੀਜ਼ਾ ਦੇ ਵਾਸਤੇ ਤੁਹਾਡਾ ਕੋਈ ਹਰਡਲ ਕੋਈ ਓਬਸਟੈਕਲ ਕੋਈ ਵੀ ਕਿਸੇ ਕਿਸਮ ਦੀ ਰੁਕਾਵਟ ਨਾ ਆਏ ਵੀਜ਼ਾ ਦੇ ਵਾਸਤੇ ਸੋ ਬੜੇ ਇੰਪੋਰਟੈਂਟ ਤਰੀਕੇ ਦੇ ਨਾਲ ਬੜੇ ਮਹੱਤਵਪੂਰਨ ਢੰਗ ਦੇ ਨਾਲ ਸਾਨੂੰ ਵੀਨਾ ਮੈਮ ਨੇ ਸਾਰੀ ਡਿਟੇਲ ਜਾਣਕਾਰੀ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ ਸੋ ਸਕਰੀਨ 'ਤੇ ਨੰਬਰ ਹੈ ਮੈਂ ਵਿਦਿਆਰਥੀਆਂ ਨੂੰ ਕਹੂੰਗਾ ਕਿ ਇਸ ਨੰਬਰ ਦੇ ਉੱਤੇ ਪਰਸਨਲ ਤੌਰ ਦੇ ਉੱਤੇ ਤੁਸੀਂ ਵੀਨਾ ਮੈਮ ਦੇ ਨਾਲ ਗੱਲ ਕਰੋ ਉਹਨਾਂ ਨਾਲ ਅਪੁਆਇੰਟਮੈਂਟ ਬਣਾਓ ਔਰ ਇਸ ਸਕੀਮ ਦੀ ਹੋਰ ਜਾਣਕਾਰੀ ਲੈ ਕੇ ਤਾਂ ਹੀ ਤੁਸੀਂ ਇਸ ਪ੍ਰੋਗਰਾਮ ਨੂੰ ਅਡੋਪਟ ਕਰੋ ਥੈਂਕ ਯੂ ਸੋ ਮਚ ਵੀਨਾ ਮੈਮ